ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਮੈਂ ਤੁਹਾਨੂੰ ਹੀ ਲੈ ਕੇ ਆਇਆ ਦਾਨਾ ਨਹੀਂ ਦੌੜ ਵਿੱਚ ਬਲਦਾ ਨਹੀਂ ਦੌੜ ਵਿੱਚ ਪੰਜਾਬ ਦਾ ਇੱਕ ਪੁਰਾਣਾ ਕਲਚਰ ਜਿਹੜਾ ਕਿ ਨਾ ਖਤਮ ਹੋਣ ਵਾਲਾ ਕਲਚਰ ਨੌਰਥ ਵੈਸਟ ਪੰਜਾਬ ਦੇ ਵਿੱਚ ਸਪੈਸ਼ਲੀ ਜਿਹੜਾ ਐਜ਼ ਆ ਇਸ ਕੰਮ ਦਾ ਬੜੀ ਜਿਹੜੀ ਹੈ ਚਰਚਾ ਔਰ ਅੱਜ ਵੀ ਜਿਹੜਾ ਹੈ ਮੈਂ ਟੈਕਸਿਲੇ ਦੇ ਕੋਲ ਇੱਕ ਲੱਗੇ ਹੋਏ ਮੇਲੇ ਦੇ ਜਿਹੜਾ ਪਹੁੰਚਿਆ ਵਾਂ ਲੇਕਿਨ ਐਚ ਐਮ ਸੀ ਗਰਾਊਂਡ ਦੇ ਵਿੱਚ ਹੈ ਇਸ ਵੇਲੇ ਔਰ ਬੜਾ ਮਜ਼ੇਦਾਰ ਕਿਸਮ ਦਾ ਪ੍ਰੋਗਰਾਮ ਹੈ ਔਰ ਬੜਾ ਗਰਮਾ ਗਰਮ ਪ੍ਰੋਗਰਾਮ ਹੈ 2 ਮਿੰਟ ਦੀ ਟੋਟਲ ਦੌੜ ਹੁੰਦੀ ਹੈ ਲੇਕਿਨ ਕਮਾਲ ਹੈ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਦੇਖਦੇ ਰਹੋ ਹੈਰੀਟੇਜ ਆਫ ਪਾਕਿਸਤਾਨ ਪੰਜਾਬ ਪੇਜ ਤਮਾਮ ਪੇਜਿਸ ਨਾਲ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਪੰਜਾਬ ਦੇ ਕਲਚਰ ਪੰਜਾਬ ਦੀ ਪਹਿਚਾਣ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਦਾਨਾ ਨਹੀਂ ਦੌੜ ਬਲਦਾ ਨਹੀਂ ਦੌੜ ਇਹ ਦੌੜਨਾ ਮਕਸਦ ਹੋਣਾ ਆਪਣੇ ਆਪਣੇ ਬਲਦ ਇੱਥੇ ਲੈ ਕੇ ਆਉਣਾ ਆਪਣੇ ਆਪਣੇ ਦਾਂਦ ਇੱਥੇ ਲੈ ਕੇ ਆਉਣਾ ਔਰ ਇਹ ਦਾਂਦ ਜਿਹੜੇ ਨੇ ਇਹ ਟੱਗੇ ਜਿਹੜੇ ਨੇ ਕਿੰਨੀ ਸਪੀਡ ਨਾਲ ਦੌੜਦੇ ਨੇ ਇਹ ਕਿੰਨੀ ਦੇਰ 'ਚ ਕਿੰਨੀ ਸਪੀਡ ਹੈ ਇਹਨਾਂ ਦੀ ਸਿੱਧੀ ਲੈਣ ਵੀ ਜਾਣਾ ਵਾ ਤੋੜਦੇ ਸੀ ਕਲਚਰ ਐਂਡ ਹੈਰੀਟੇਜ ਇਸਲਾਮਾਬਾਦ ਦੇ ਪੰਜਾਬ ਦੇ ਕਲਚਰ ਪੰਜਾਬ ਦੀ ਪਹਿਚਾਣ ਅੱਗੇ ਨਾ ਬਾਬਾ ਜੀ ਮੈਂ ਤੁਹਾਨੂੰ ਅੱਜ ਦਿਖਾ ਰਿਹਾ ਵਾਂ ਬਲਦਾਂ ਦੀ ਦੌੜ ਕਿ ਕਿਹਦਾ ਬਲਦ ਜ਼ਿਆਦਾ ਤੇਜ਼ ਦੌੜਦਾ ਹੈ ਔਰ ਇੱਕ ਲਾਈਨ 'ਚ ਜਾਂਦਾ ਆਪਣਾ ਹੋਸਟ ਬਾਬਾ ਜੀ ਹੈਰੀਟੇਜ ਆਫ ਪਾਕਿਸਤਾਨ ਔਰ ਪੰਜਾਬ ਪੇਜ ਦੇ ਨਾਲ ਇਹ ਦੌੜ ਹਾਰ ਗਏ ਨੇ ਉਹ ਦੌੜਾਂ ਨੇ ਜਿਹਦੇ ਵਿੱਚ ਜਿਹੜੀ ਦੌੜ ਮੁਕੰਮਲ ਕਰਦਾ ਔਰ ਐਂਡ ਤੱਕ ਆਉਂਦਾ ਉਹ ਦੌੜ ਜਿੱਤਦਾ ਔਰ ਇੱਕ ਲਾਈਨ 'ਚ ਜਾਂਦਾ ਜਿਹੜਾ ਬੰਦਾ ਇੱਕ ਲਾਈਨ 'ਚ ਨਹੀਂ ਜਾਂਦਾ Thank you.
ਇਹ ਪੰਜਾਲੀਆਂ ਲਈ ਜਾ ਰਹੇ ਨੇ, ਇਹ ਪੰਜਾਲੀ ਜਿਹੜੀ ਹੈ ਉਹ ਯੂਜ਼ ਹੁੰਦੀ ਹੈ ਇਹਦੇ 'ਚ, ਦਾਣਾ ਨਹੀਂ ਦੌੜ ਇਹ 'ਚ। ਹੈਰੀਟੇਜ ਆਫ ਪਾਕਿਸਤਾਨ ਪੰਜਾਬ ਪੇਜ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਅੱਜ ਮੈਂ ਦਿਖਾ ਰਿਹਾ ਹਾਂ ਬਲਦਾਂ ਦਾ, ਬਲਦਾਂ ਦੀ ਦੌੜ ਹੈ। ਜਾਨਵਰ ਬਦਕ ਜਾਂਦੇ ਨੇ ਇੰਨਾ ਰਸ਼ ਦੇਖ ਕੇ, ਇੰਨਾ ਸਾਰਾ ਕੁਝ ਦੇਖ ਕੇ। ਬੜੇ ਔਖੇ ਸ਼ੌਕ ਨੇ, ਬੜੇ ਮਹਿੰਗੇ ਸ਼ੌਕ ਨੇ, ਪਰ ਪੰਜਾਬ ਦਾ ਰੱਖ ਰੱਖੋ। ਹਰ ਕੋਈ ਆਪਣੇ ਬੱਲਾਂ ਦੀ ਜੋੜੀ ਲੈ ਕੇ ਆ ਰਿਹਾ ਔਰ ਉਹਨਾਂ ਦੀ ਪਾਵਰ ਦਿਖਾਉਂਦਾ, ਉਹਨਾਂ ਦਾ ਜ਼ੋਰ ਦਿਖਾਉਂਦਾ ਕਿ ਮੇਰਾ ਬੱਲ ਜਿਹੜਾ ਉਹ ਇੰਨੀ ਸਪੀਡ ਨਾਲ ਦੌੜ ਸਕਦਾ ਵਾਹੀ ਬੀਜੀ ਵਾਸਤੇ। ਬੇਸ਼ੱਕ ਹੁਣ ਬਲਦਾਂ ਦੇ ਨਾਲ ਵਾਹੀ ਬੀਜੀ ਨਹੀਂ ਹੁੰਦੀ, ਲੇਕਿਨ ਉਹਦੇ ਬਾਵਜੂਦ ਇੱਕ ਪੁਰਾਣਾ ਟ੍ਰੈਡੀਸ਼ਨਲ ਹੈ ਕਿ ਮੇਰਾ ਬਲਦ ਜਿਹੜਾ ਉਹ ਸਭ ਤੋਂ ਜ਼ਿਆਦਾ ਜਿਹੜਾ ਦੌੜਦਾ ਹੈ, ਉਹਦੀ ਜਿਹੜੀ ਦੌੜ ਹੈ ਸਭ ਤੋਂ ਜ਼ਿਆਦਾ ਇਹ ਜੋੜੀਆਂ ਦੀ ਸੂਰਤ ਦੇ ਵਿੱਚ ਹੈ। ਕਮ ਅਜ਼ ਕਮ ਇੱਕ ਇੱਕ ਜੋੜੀ ਹੋਣੀ ਬਲਦ ਦੀ ਜ਼ਰੂਰੀ ਹੈ। ਇਹ ਘੋੜੇ ਸਵਾਰ ਜਿਹੜਾ ਹੈ ਲੈਣਾ ਸਿੱਧੀਆਂ ਕਰਦਾ, ਲੋਕਾਂ ਨੂੰ ਪਿੱਛੇ ਕਰਦਾ ਨਾ, ਕਿਉਂਕਿ ਇੱਥੇ ਬਿਲਕੁਲ ਸਪੈਨਿਸ਼ ਦੌੜ ਦੀ ਤਰ੍ਹਾਂ ਬਲਦ ਨੂੰ ਦੌੜਦੇ ਆਉਂਦੇ ਨੇ, ਬੰਦਾ ਨਾਲ ਕੁਝ ਪਤਾ ਨਹੀਂ ਲੱਗਦਾ ਕਿ ਬਲਦ ਕਿੱਧਰੋਂ ਆ ਰਹੇ ਨੇ ਔਰ ਕਿੱਧਰ ਜਾ ਰਹੇ ਨੇ।
ਸ਼ੌਕ ਬਹੁਤ ਖਤਰਨਾਕ ਹੈ ਜੀ, ਪਰ ਸ਼ੌਕ ਦਾ ਕੋਈ ਮੁੱਲ ਨਹੀਂ। ਮੈਂ ਤੁਹਾਡਾ ਆਪਣਾ ਹੋਸ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਦੇ ਨਾਲ, ਸੇਵ ਗੁਰਦੁਆਰਾ ਐਂਡ ਟੈਂਪਲਸ ਆਫ ਪਾਕਿਸਤਾਨ ਪੰਜਾਬ ਪੇਜ, ਇਹ ਹੈ ਮੇਰਾ ਪਾਕਿਸਤਾਨ, ਦੀ ਹੈਰੀਟੇਜ ਆਫ ਪਾਕਿਸਤਾਨ ਦੇ ਨਾਲ ਤਮਾਮ ਪੇਜਿਸ ਨਾਲ ਮੈਂ ਤੁਹਾਡਾ ਆਪਣਾ ਹੋਸ ਬਾਬਾ ਜੀ, ਦੇਖਦੇ ਰਹੋ ਦੀ ਹੈਰੀਟੇਜ ਆਫ ਪਾਕਿਸਤਾਨ।